ਜਦੋਂ ਕਿਤੇ ਮਾਮਲਾ ਗੜਬੜ ਹੋਇਆ ਤਾਂ ਇਹਨੇ ਸਾਡੇ ਨਾਲ ਦਿਲ ਦਾ ਮਾਮਲਾ ਫਿੱਟ ਕਰ ਲਿਆ। ਇਹ ਪੰਜਾਬ ਦਾ ਗੱਭਰੂ ਜਦੋਂ ਕੀ ਬਣੂ ਦੁਨੀਆ ਦਾ ਕਹਿ ਕੇ ਫਿਕਰ ਜਤਾਉਂਦਾ ਹੈ ਤਾਂ ਸਾਨੂੰ ਇਹਦੇ 'ਚੋਂ ਆਪਣਾ ਛੱਲਾ ਨਜ਼ਰ ਆਉਂਦਾ। ਗੱਲ ਕਰ ਰਹੇ ਹਾਂ ਪੰਜਾਬ ਦੇ ਮਾਣ ਗੀਤਕਾਰੀ ਤੇ ਗਾਇਕੀ ਦਾ ਇੱਕ ਅਜਿਹਾ ਨਾਮ ਗੁਰਦਾਸ ਮਾਨ। ਨਾ ਸਿਰਫ ਪੰਜਾਬੀ ਸੰਗੀਤ ਜਗਤ ਦੇ ਵਿੱਚ ਬਲਕਿ ਫਿਲਮਾਂ ਦੇ ਵਿੱਚ ਵੀ ਇਹਨਾਂ ਨੇ ਅਜਿਹਾ ਨਾਮ ਕਮਾਇਆ ਕਿ ਹਰ ਕੋਈ ਅਸ਼ ਅਸ਼ ਕਰ ਉੱਠਿਆ। ਗੁਰਦਾਸ ਮਾਨ 7 ਜਨਵਰੀ 1951 ਨੂੰ ਸਰਦਾਰ ਗੁਰਦੇਵ ਸਿੰਘ ਤੇ ਤੇਜ ਕੌਰ ਦੇ ਘਰ ਫਰੀਦਕੋਟ ਦੇ ਗਿੱਦੜਬਾਹੇ ਦੇ ਵਿੱਚ ਜਨਮੇ। ਮਲੋਟ ਦੇ DAV ਕਾਲਜ ਤੋਂ ਪੜ੍ਹੇ, ਪਟਿਆਲੇ ਗਏ। ਖੇਡਾਂ 'ਚ ਅਜਿਹੀ ਦਿਲਚਸਪੀ ਕਿ ਜੂਡੋ ਦੇ ਵਿੱਚ ਬਲੈਕ ਬੈਲਟ ਹਾਸਲ ਕੀਤੀ, ਇੱਥੋਂ ਤੱਕ ਕਿ ਫਿਜ਼ੀਕਲ ਸਾਇੰਸ ਦੇ ਵਿੱਚ ਮਾਸਟਰ ਡਿਗਰੀ ਵੀ ਲਈ। ਕਾਲਜ ਤੱਕ ਆਉਂਦਿਆਂ ਆਉਂਦਿਆਂ ਹੁਣ ਸਟੇਜ ਦੇ ਨਾਲ ਨਾਤਾ ਜੁੜ ਚੁੱਕਾ ਸੀ। ਗਾਇਕੀ ਤੇ ਐਕਟਿੰਗ ਦੇ ਲਈ ਕਈ ਪੁਰਸਕਾਰ ਕਾਲਜ ਦੇ ਪ੍ਰੋਗਰਾਮਾਂ ਦੇ ਵਿੱਚ ਹਾਸਲ ਵੀ ਕੀਤੇ। ਪੜ੍ਹਾਈ ਤੋਂ ਬਾਅਦ ਨੌਕਰੀ ਕਰਨ ਦੀ ਵਾਰੀ ਆਈ ਤਾਂ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਨੌਕਰੀ ਵੀ ਕੀਤੀ। ਮੈਂ ਕਿਉਂਕਿ ਬਿਜਲੀ ਮਹਿਕਮੇ ਦੇ ਵਿੱਚ ਕੰਮ ਕੀਤਾ, ਮੈਂ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਮੁੰਡਾ ਸਾਡਾ ਪੜ੍ਹ ਕੇ DC ਬਣੂਗਾ। ਮੈਂ DC ਤਾਂ ਨਹੀਂ ਬਣਿਆ, ਮੈਂ UDC ਬਣ ਗਿਆ ਸੀ, ਇਲੈਕਟ੍ਰਿਸਿਟੀ ਬੋਰਡ ਦੇ ਵਿੱਚ। ਪਰ ਕੌਣ ਜਾਣਦਾ ਸੀ ਕਿ ਇਹ ਸ਼ਖਸ ਤਾਂ ਦਿਲਾਂ ਦੀਆਂ ਤਾਰਾਂ ਨੂੰ ਛੇੜਨ ਵਾਲਾ ਹੈ। ਗਾਇਕੀ ਦੇ ਨਾਲ ਰਿਸ਼ਤਾ ਤਾਂ ਕਾਲਜ ਲੈਵਲ ਤੇ ਸਟੇਜਾਂ ਦੇ ਉੱਪਰ ਹੀ ਬਣ ਗਿਆ ਸੀ। ਪਰ ਜਿਸ ਵੇਲੇ ਉਹ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਕੰਮ ਕਰ ਰਹੇ ਸੀ ਤਾਂ ਉੱਥੇ ਕਿਸੇ ਆਫਿਸਰ ਨੇ ਉਹਨਾਂ ਨੂੰ ਇੱਕ ਸਿੰਗਿੰਗ ਈਵੈਂਟ ਦੇ ਵਿੱਚ ਗਾਉਣ ਦਾ ਮੌਕਾ ਦਿੱਤਾ। ਔਰ ਉੱਥੇ ਹੀ ਇੱਕ ਪ੍ਰੋਡਿਊਸਰ ਨੇ ਉਹਨਾਂ ਨੂੰ ਅਪਰੋਚ ਕੀਤਾ ਫਿਲਮ ਦੇ ਵਿੱਚ ਦਿਲ ਦਾ ਮਾਮਲਾ ਗਾਣਾ ਗਾਉਣ ਦੇ ਲਈ। ਇਸ ਗਾਣੇ ਤੋਂ ਬਾਅਦ ਗੁਰਦਾਸ ਮਾਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਤੋਂ ਬਾਅਦ ਮਾਮਲਾ ਗੜਬੜ ਹੈ ਤੇ ਛੱਲਾ ਆਉਂਦੇ ਨੇ। ਬਾਅਦ ਵਿੱਚ ਜੋ ਕਿ ਪੰਜਾਬੀ ਫਿਲਮ ਲੌਂਗ ਦਾ ਲਿਸ਼ਕਾਰਾ ਦਾ ਗਾਣਾ ਸੀ ਅਤੇ ਇਸ ਨੂੰ ਜਗਜੀਤ ਸਿੰਘ ਹੋਰਾਂ ਨੇ ਰਿਕਾਰਡ ਕੀਤਾ ਸੀ। ਨਾ ਸਿਰਫ ਆਪਣੇ ਗਾਣੇ ਬਲਕਿ ਆਪਣੀਆਂ ਫਿਲਮਾਂ ਦੇ ਰਾਹੀਂ ਦਿਲਾਂ ਦੇ ਬਾਦਸ਼ਾਹ ਬਣੇ ਗੁਰਦਾਸ ਮਾਨ। ਹੁਣ ਤੱਕ ਕਰੀਬ 34 ਤੋਂ ਵੱਧ ਕੈਸਟਾਂ ਰਿਲੀਜ਼ ਕਰ ਚੁੱਕੇ ਨੇ। ਅੰਤਰਰਾਸ਼ਟਰੀ ਤੌਰ 'ਤੇ ਪ੍ਰਸਿੱਧੀ ਹਾਸਲ ਕਰਨ ਵਾਲੇ ਪੰਜਾਬੀ ਅਭਿਮਾਨ ਗੁਰਦਾਸ ਮਾਨ, ਜਿਨ੍ਹਾਂ ਨੇ ਆਪਣਾ ਯੂਟਿਊਬ ਚੈਨਲ ਵੀ ਬਣਾਇਆ। ਇਸ ਦੇ ਨਾਲ ਨਾਲ ਉਹਨਾਂ ਨੂੰ 54ਵੇਂ ਕੌਮੀ ਫਿਲਮ ਫੈਸਟੀਵਲ ਦੇ ਵਿੱਚ ਬੈਸਟ ਮੇਲ ਪਲੇਬੈਕ ਸਿੰਗਰ ਦੇ ਲਈ ਨੈਸ਼ਨਲ ਅਵਾਰਡ ਵੀ ਮਿਲਿਆ ਅਤੇ ਅਜਿਹਾ ਕਰਨ ਵਾਲੇ ਉਹ ਇਕਲੌਤੇ ਪੰਜਾਬੀ ਗਾਇਕ ਨੇ ਜਿਨ੍ਹਾਂ ਨੇ ਵਾਰਿਸ ਸ਼ਾਹ ਵਿੱਚ ਹੀਰ ਦੀ ਪੂਰੀ ਕਹਾਣੀ ਗਾਣੇ ਰਾਹੀਂ ਤਿਆਰ ਕੀਤੀ ਹੈ। ਵਾਰਿਸ ਸ਼ਾਹ ਇਸ਼ਕ ਦਾ ਵਾਰਿਸ। ਇਸ ਦੇ ਨਾਲ ਨਾਲ 2009 ਦੇ ਵਿੱਚ ਬੂਟ ਪਾਲਸ਼ਾਂ ਗੀਤ ਦੇ ਲਈ ਏਸ਼ੀਅਨ ਮਿਊਜ਼ਿਕ ਅਵਾਰਡਸ ਵਿੱਚ ਇਸ ਗਾਣੇ ਨੂੰ, ਇਸ ਐਲਬਮ ਨੂੰ ਬੈਸਟ ਇੰਟਰਨੈਸ਼ਨਲ ਐਲਬਮ ਦਾ ਅਵਾਰਡ ਵੀ ਮਿਲਿਆ। ਕੋਲੈਬੋਰੇਸ਼ਨ ਹੋਵੇ ਵਲੈਤਨ, ਹੀਰ, ਪੰਚੀਰੀ, ਪੀੜ ਤੇਰੇ ਜਾਣ ਦੀ, ਦਿਲ ਦਾ ਬਾਦਸ਼ਾਹ, ਇਸ਼ਕ ਦਾ ਗਿਰਦਾ, ਜਾਦੂਗਰੀਆਂ, ਬਾਬੇ ਭੰਗੜਾ ਪਾਉਂਦੇ ਨੇ ਜਾਂ ਫਿਰ ਅੱਖੀਆਂ ਉਡੀਕਦੀਆਂ। ਫਿਲਮਾਂ ਦੀ ਗੱਲ ਕਰੀਏ ਤੇ ਵਾਰਿਸ ਸ਼ਾਹ, ਮਾਮਲਾ ਗੜਬੜ ਹੈ, ਲੌਂਗ ਦਾ ਲਿਸ਼ਕਾਰਾ, ਕੀ ਬਣੂ ਦੁਨੀਆ ਦਾ, ਕੁਰਬਾਨੀ ਜੱਟ ਦੀ, ਉੱਚਾ ਦਰ ਬਾਬੇ ਨਾਨਕ ਦਾ, ਅਜਿਹੀਆਂ ਕਈ ਫਿਲਮਾਂ ਦੇ ਵਿੱਚ ਉਹਨਾਂ ਨੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਪਰ ਇਸ ਦੇ ਨਾਲ ਨਾਲ ਗੁਰਦਾਸ ਮਾਨ ਵਿਵਾਦਾਂ ਵਿੱਚ ਵੀ ਰਹੇ। ਜਦੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਨੇ ਹਿੰਦੀ ਭਾਸ਼ਾ ਦਾ ਸਾਥ ਦਿੱਤਾ ਤਾਂ ਲੋਕ ਉਹਨਾਂ ਦੇ ਖਿਲਾਫ਼ ਹੋ ਗਏ। ਇੱਥੋਂ ਤੱਕ ਕਿ ਲੋਕਾਂ ਨੂੰ ਉਹਨਾਂ ਨੇ ਇੱਕ ਚਲਦੇ ਸ਼ੋਅ ਦੇ ਵਿੱਚ ਗਾਲਾਂ ਤੱਕ ਕੱਟੀਆਂ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਮਾਫ਼ੀ ਤੱਕ ਮੰਗਣੀ ਪਈ। ਗੱਲ ਸੁਣੋ, ਪੰਜਾਬੀ ਦੋਸਤੋਂ ਕਹਿ ਕੇ ਉਹਨਾਂ ਨੇ ਆਪਣਾ ਪੱਖ ਵੀ ਰੱਖਿਆ। ਪਰ ਇਹਨਾਂ ਸਾਰੇ ਵਾਦਾ ਵਿਵਾਦਾਂ ਤੋਂ ਇਤਰ, ਜੇ ਅਸੀਂ ਉਹਨਾਂ ਦੀ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹੋਏ ਯੋਗਦਾਨ ਦੀ ਗੱਲ ਕਰੀਏ ਤਾਂ ਗੁਰਦਾਸ ਮਾਨ ਅੱਜ ਵੀ ਪੰਜਾਬ ਦੇ ਮਾਨ ਨੇ।